ਸੰਗਰੂਰ ਵਿੱਚ ਘੱਗਰ ਨੇ ਬੇਹੱਦ ਕਹਿਰ ਬਰਸਾਇਆ ਸੀ ਅਤੇ ਇਸ ਕਾਰਨ ਲਹਿਰਾ ਮੂਨਕ ਅਤੇ ਖਨੌਰੀ ਦੇ ਕਈ ਪਿੰਡ ਹੜ੍ਹ ਦੀ ਮਾਰ ਹੇਠ ਆ ਗਏ ਸਨ। ਘੱਗਰ ਦੇ ਕਹਿਰ ਤੋਂ ਬਾਅਦ ਹੁਣ ਪਾਣੀ ਥੋੜਾ ਘਟਣਾ ਸ਼ੁਰੂ ਹੋਇਆ ਹੈ, ਜਿਸ ਤੋਂ ਬਾਅਦ ਕਿਸਾਨਾਂ ਨੇ ਫੇਰ ਤੋਂ ਝੋਨੇ ਦੀ ਤਿਆਰੀ ਕਰ ਲਈ ਹੈ ਅਤੇ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਘੱਗਰ ਨੇ ਇਸ ਸਾਲ ਉਹਨਾਂ ਨੂੰ ਬੇਹੱਦ ਪਰੇਸ਼ਾਨ ਕੀਤਾ ਹੈ ਅਤੇ ਸਰਕਾਰੀ ਮਦਦ ਵੀ ਉਹਨਾਂ ਨੂੰ ਕੋਈ ਨਹੀਂ ਮਿਲੀ, ਜਿਸ ਦੇ ਚੱਲਦੇ ਉਹ ਬੇਹੱਦ ਪਰੇਸ਼ਾਨ ਹਨ। ਝੋਨੇ ਦੀ ਪਨੀਰੀ ਨੂੰ ਵੀ ਕਿਸਾਨ ਬੇਹੱਦ ਦੂਰ ਤੋਂ ਲੈ ਕੇ ਆ ਰਹੇ ਹਨ ਅਤੇ ਉਸ ਨੂੰ ਲਗਾਉਣ ਦਾ ਵੀ ਖਰਚਾ ਹੁਣ ਵੱਧ ਗਿਆ ਹੈ। ਕਿਸਾਨਾਂ ਨੂੰ ਖਾਸਾ ਹੈ ਕਿ ਘੱਗਰ ਦਾ ਪਾਣੀ ਫੇਰ ਵੱਧ ਰਿਹਾ ਹੈ, ਕਿਤੇ ਘੱਗਰ ਇੱਕ ਵਾਰ ਫੇਰ ਨਾ ਉਹਨਾਂ ਦੀ ਫਸਲ ਤੇ ਮਾਰ ਕਰ ਦੇਵੇ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰੀ ਮੁਆਵਜ਼ਾ ਕੁਝ ਨਹੀਂ ਮਿਲਿਆ, ਜਿਸ ਦੇ ਬਾਵਜੂਦ ਉਹ ਇੱਕ ਵਾਰ ਫੇਰ ਝੋਨੇ ਦੀ ਬਿਜਾਈ ਕਰ ਰਹੇ ਹਨ। ਚਾਹੇ ਝੋਨੇ ਦੀ ਬਿਜਾਈ ਦਾ ਕੋਈ ਮੌਸਮ ਨਹੀਂ ਹੈ, ਪਰ ਫੇਰ ਵੀ ਉਹ ਇੱਕ ਕੋਸ਼ਿਸ਼ ਕਰ ਰਹੇ ਹਨ ਕਿ ਝੋਨਾ ਫੇਰ ਤੋਂ ਖੇਤਾਂ ਵਿੱਚ ਖੜਾ ਹੋ ਸਕੇ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀ ਫਸਲ ਚੱਲ ਪੈਂਦੀ ਹੈ ਤਾਂ ਉਹਨਾਂ ਦਾ ਕੁਝ ਨਾ ਕੁਝ ਬਣ ਜਾਵੇਗਾ, ਵਰਨਾ ਉਹਨਾਂ ਦਾ ਬੇਹੱਦ ਬੁਰਾ ਹਾਲ ਹੈ, ਕਿਉਂਕਿ ਝੋਨੇ ਨੂੰ ਲਗਾਉਣ ਦੀ ਲੇਬਰ ਜਿੱਥੇ ਬੇਹੱਦ ਜ਼ਿਆਦਾ ਹੈ, ਉੱਥੇ ਹੀ ਝੋਨੇ ਦੀ ਪਨੀਰੀ ਵੀ ਉਹਨਾਂ ਨੂੰ ਕਾਫੀ ਮਹਿੰਗੀ ਪੈ ਰਹੀ ਹੈ। ਜੇਕਰ ਉਹਨਾਂ ਨੂੰ ਮੁਫਤ ਦੀ ਪਨੀਰੀ ਮਿਲ ਰਹੀ ਹੈ, ਉਹ ਬੇਹੱਦ ਛੋਟੀ ਹੈ, ਉਸਦੇ ਚੱਲਣ ਦੀ ਕੋਈ ਆਸ ਨਹੀਂ, ਜਿਸ ਕਾਰਨ ਉਹ ਦੂਰ ਤੋਂ ਝੋਨੇ ਦੀ ਪਨੀਰੀ ਲਿਆ ਕੇ ਆਪਣੇ ਖੇਤਾਂ ਵਿੱਚ ਲਗਾ ਰਹੇ ਹਨ। ਉਧਰ ਝੋਨੇ ਦੀ ਬਿਜਾਈ ਕਰਨ ਵਾਲੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਪਾਣੀ ਬੇਹੱਦ ਹੀ ਗੰਦਾ ਹੈ, ਜਿਸ ਦੇ ਚੱਲਦੇ ਉਹਨਾਂ ਨੂੰ ਬਿਜਾਈ ਵਿੱਚ ਕਾਫੀ ਦਿੱਕਤ ਆ ਰਹੀ ਹੈ। ਬਹੁਤ ਜ਼ਿਆਦਾ ਮੁਸ਼ਕਲ ਹੈ ਜੀ, ਅਸੀਂ ਤਾਂ ਪਹਿਲਾਂ ਹੀ ਲਾ ਕੇ ਮਸਾਂ ਵੇਲੇ ਹੋਏ ਹਨ, ਤਾਂ ਬਹੁਤ ਦਿੱਕਤ ਆ ਰਹੀ ਹੈ ਸਾਨੂੰ ਲਾਉਣ 'ਚ। ਹਾਂ, ਗੰਦੇ ਪਾਣੀ 'ਚ, ਹੁਣ ਤੈਨੂੰ ਪਤਾ ਅਸੀਂ ਮਜ਼ਦੂਰ ਹਾਂ, ਸਾਡਾ ਸਰਦਾ ਕੋਈ ਨਹੀਂ ਦਿਹਾੜੀ ਮਿਹਨਤ ਤੋਂ ਬਿਨਾਂ, ਤਾਂ ਕਰਕੇ ਅਸੀਂ ਆ ਜਾਂਦੇ ਹਾਂ। ਹੁਣ ਤਾਂ ਕੰਮ ਵੀ ਨਹੀਂ ਨਿਬੜਦਾ, ਇੱਕ ਗਰਮੀ ਬਹੁਤ ਪੈਂਦੀ ਹੈ ਜ਼ਿਆਦੀ। ਹੋਰ ਪਹਿਲਾਂ ਤਾਂ ਅਸੀਂ ਦੋ ਦੋ ਚਾਰ ਚਾਰ ਕਿੱਲੇ ਲਾ ਦਿੰਦੇ, ਹੁਣ ਤਾਂ ਕੁਛ ਵੀ ਨਹੀਂ ਲੱਗਦਾ, ਹੁਣ ਤਾਂ ਇੱਕ ਕਿੱਲਾ ਡੇਢ ਮਸਾਂ ਲਾਉਂਦੇ ਹਾਂ। ਹੋਰ ਬਹੁਤ ਦਿੱਕਤ ਆਉਂਦੀ ਹੁਣ ਤਾਂ ਲਾਉਣ 'ਚ, ਹੋਰ ਕੁਛ ਜ਼ਿਮੀਦਾਰ ਵੀ ਪਰੇਸ਼ਾਨ ਨੇ। ਹਾਂ, ਘਬਰਾਹਟ ਵੀ ਹੁੰਦੀ ਹੈ, ਗਰਮੀ ਪੈਂਦੀ ਹੈ, ਗਰਮੀ 'ਚ ਤਾਂ ਬਹੁਤ ਕੰਮ ਘੱਟ ਨਿਬੜਦਾ ਹੈ। ਮਿਹਨਤ 'ਚ ਤਾਂ ਅਸੀਂ ਆਪ ਕਹਿੰਦੇ ਹਾਂ ਵੀ ਜ਼ਿਮੀਦਾਰ ਮਰੇ ਪੈਣੇ, ਵੀ ਇਹਨਾਂ ਨੂੰ ਕੁਛ ਮਿਹਨਤ ਚਾਹੀਦਾ ਜ਼ਿਮੀਦਾਰਾਂ ਨੂੰ ਵੀ। ਹੋਰ ਬਹੁਤ ਦਿੱਕਤ ਆ ਰਹੀ ਹੈ, ਇਹਨਾਂ ਨੂੰ ਪਤਾ ਕਿੱਥੋਂ ਕਿੱਥੋਂ ਲਾਭ ਲੈ ਕੇ ਆਉਂਦੇ ਨੇ, ਕਿੱਥੇ ਕਿੱਥੇ ਵਿਚਾਰੇ ਜਾਂਦੇ ਨੇ, ਬਹੁਤ ਜ਼ਿਆਦਾ ਪਰੇਸ਼ਾਨੀ ਇਹਨਾਂ ਨੂੰ ਵੀ। ਇਹ 11 ਜੁਲਾਈ ਨੂੰ ਆਏ ਸੀ ਜੀ, ਹੌਲੀ ਹੌਲੀ ਉਹ ਤੋਂ ਬਾਅਦ 20-21 ਜੁਲਾਈ ਨੂੰ ਘਟਣ ਲੱਗਿਆ ਸੀ, ਥੋੜ੍ਹਾ ਥੋੜ੍ਹਾ ਘਟੀ ਜਾਂਦਾ, 38-40 ਕਿੱਲੇ ਮੇਰੇ ਡੁੱਬ ਗਏ ਸੀ, 2 ਕਿੱਲੇ ਬਚੇ ਨੇ ਜੀ। ਹਾਂ ਜੀ, ਦੁਬਾਰਾ ਤੁਲਾ ਰਹੇ ਹਾਂ, ਕਿਤੇ ਹਰਿਆਣੇ 'ਚੋਂ ਲੈ ਰਹੇ ਹਾਂ ਪੌਦਾ, ਕਿਤੇ ਗਵਾਂਢਾਂ 'ਚੋਂ ਮਿਲ ਰਹੀ ਹੈ ਜੀ, ਕਿਤੇ 1500 ਰੁਪਏ ਮਰਲਾ, ਕਿਤੇ 2000 ਨੂੰ ਮਰਲਾ, 3000-3200-3500 ਤੱਕ ਵੀ ਖਰਚਾ ਆ ਜਾਂਦਾ ਜੀ ਇਕੱਲਾ ਪਨੀਰੀ ਦਾ। 4000 ਬਈਆਂ ਦਾ ਲੇਬਰ ਹੈ ਜੀ, ਪਿੰਡਾਂ ਵਾਲੇ 4500 ਵੀ ਲਈ ਜਾਂਦੇ ਨੇ, ਪਹਿਲਾਂ ਨਾਲੋਂ ਰੇਟ ਵਧਾ ਤੇ ਸੀ ਕੁਛ, ਅਤੇ ਬਾਕੀ ਪਨੀਰੀ ਲਾ ਲਓ 3000 ਦੀ ਵੀ ਲੱਗ ਜਾਂਦੀ ਹੈ, 3200 ਵੀ ਸਰ ਜਾਂਦਾ। ਟਰੈਕਟਰ 'ਤੇ ਲੈ ਕੇ ਜਾਵਾਂ ਤੇਲ ਲੱਗੂਗਾ ਨਹੀਂ, ਗੱਡੀ ਗੁੱਡੀ ਕਰਾ ਕੇ ਕਿਰਾਏ 'ਤੇ ਲੈ ਜਾਂਦੇ ਹਾਂ, ਕੋਈ ਟੈਂਪੂ ਕਰਾ ਲੈਂਦੇ ਹਾਂ, ਉਹ ਕਿਰਾਏ 'ਤੇ ਨੇੜੇ ਤੇੜੇ ਤੋਂ ਚੱਲੋ ਲੈ ਜਾਂਦੇ ਹਾਂ, ਟਰੈਕਟਰ ਵੀ ਦੂਰ ਤਾਂ ਫਿਰ ਗੱਡੀ ਲੈ ਕੇ ਜਾਣੀ ਪੈਂਦੀ ਹੈ ਜੀ। ਹੁਣ ਇੱਧਰੋਂ ਸੰਗਰੂਰ ਕਰਨੀਆਂ ਫੋਨ ਆਈ ਜਾਂਦੇ ਨੇ, ਮਸਤਵਾਣੇ ਤੋਂ, ਲੁਧਿਆਣੇ ਤੋਂ ਫੋਨ ਆਏ ਜੀ, ਹੁਸ਼ਿਆਰਪੁਰ ਤੋਂ, ਕਈ ਜਗ੍ਹਾ ਤੋਂ ਫੋਨ ਆਏ ਨੇ ਵੀ ਫਰੀ ਲੈ ਜਾਓ, ਬਹੁਤ ਡਰ ਲੱਗਦਾ ਜੀ ਉੱਥੇ ਜਾਣ ਦਾ, ਗੱਡੀ 'ਚ ਕੋਈ ਰਿਸਕ, ਕੋਈ ਐਸੀ ਵੈਸੀ ਕੋਈ ਐਕਸੀਡੈਂਟ ਹੋ ਜਾਵੇ, ਹੋਰ ਹੋ ਜਾਵੇ ਕੀ ਬਣਦਾ ਹੈ। ਬਣੇ ਨੇ 2-3 ਚਾਂਸ ਜੀ, ਹੁਣ ਬਈਆਂ ਦਾ ਟਰਾਲੀ ਪਰਸੋਂ ਉੱਥੇ ਜਾਖਲ, ਐਕਸੀਡੈਂਟ ਹੋ ਗਈ, ਡਰ ਹੀ ਲੱਗਦਾ ਹੈ ਪਰਦੇਸੀ ਨੇ। ਹਾਂ ਜੀ, ਨੇੜੋਂ ਮੁੱਲ ਲੈ ਲਾਂਗੇ ਵੀ, ਐਡੀ ਦੂਰ ਰਿਸਕ ਬਹੁਤ ਔਖਾ ਜੀ, ਹੁਣ ਦੇਖਦੇ ਵੀ ਤੁਸੀਂ ਟ੍ਰੈਫਿਕ ਜ਼ਿਆਦਾ ਹੈ। ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਜਿਹੜਾ ਪਿੱਛੇ ਖਰਚਾ ਹੋਇਆ ਜੀ, ਮਾੜਾ ਮੋਟਾ ਭਰਵਾਈ ਹੋ ਜਾਵੇ, ਹੋਰ ਕੀ, 10-15 ਹਜ਼ਾਰ ਰੁਪਇਆ ਕਿੱਲੇ ਦਾ ਦੇਤਾ, ਚੱਲ ਭੁੱਲ ਜਾਣਗੇ ਜ਼ਿਮੀਦਾਰ ਵੀ ਆਪਣਾ। ਵੀਰ ਜੀ, ਮੇਰਾ ਨਾਂ ਹੈ ਜਗਸ਼ੀਰ ਕੁਮਾਰ ਜੀ, ਪਿੰਡ ਮੇਰਾ ਬਸਹਿਰਾ ਜੀ। ਸਾਡੇ ਜੀ 11 ਤਰੀਕ ਨੂੰ ਪਾਣੀ ਆਇਆ ਜੀ, 7ਵੇਂ ਮਹੀਨੇ ਦੇ ਨੂੰ ਜੀ, 11 ਨੂੰ ਪਾਣੀ ਆਇਆ ਜੀ, ਫੁੱਲ ਪਾਣੀ ਆ ਗਿਆ ਇੱਧਰ ਹੋਤੀਪੁਰ ਗਲਾੜਕਣੀਓ, ਨੱਕਾ ਟੁੱਟ ਗਿਆ ਤਾ, ਜ਼ਮੀਨ ਖੜਾ ਪਾਣੀ ਆਇਆ, ਸਾਰੀ ਤਬਾਹ ਕਰਦੀ ਜ਼ਮੀਨ ਜੀ। ਮੇਰੇ ਕੋਲ ਜ਼ਮੀਨ ਜ਼ਮੂਨ ਹੈ ਨਹੀਂ ਜੀ, 8-10 ਕਿੱਲੇ ਮੈਂ ਠੇਕੇ ਵੇ ਲਏ ਹੋਏ ਜੀ, ਠੇਕੇ ਵੇ ਲੈ ਕੇ ਉਹ ਲਾਏ ਦੇ, ਮੇਰੀ ਸਾਰੀ ਜੀਰੀ ਡੁੱਬ ਗਈ, ਹੁਣ ਦੁਬਾਰਾ ਲਾਉਣ ਲੱਗ ਰਹੇ ਜੀ, ਪਿਓ ਦੀ ਇੱਧਰ ਪਰਾਂ ਜੀਂਦਕਣੀਓ ਲਿਆਏ ਜੀ, ਜਾਂ ਬਈ ਉਹ ਜੀਂਦਕਣੀਓ ਲਿਆਉਣ ਲੱਗ ਰਹੇ ਮੈਂ, ਜੀਂਦ ਕੇ ਰੁੱਤ ਗਏ ਵਿਚਾਲੇ ਦਾ, 1500 ਰੁਪਈਏ ਕਿੱਲਾ ਤੋਂ ਪਟਾਈ ਵਾਲੇ ਲਵਾਂ, ਔਰ ਬਈ ਉਹ 5000 ਰੁਪਈਏ ਲਵਾਈ ਵਾਲੇ ਲਵਾਂ, 3500 ਰੁਪਈਏ ਲਵਾਂ ਮਾਰੇ ਪਿਆ ਕਿਰਾਏ ਵਾਲਾ, ਕਿਰਾਏ 'ਤੇ ਲੈਣੀ ਪੜੇ ਬਈ ਉਹ, ਟਰੈਕਟਰ ਤੋਂ ਇੰਨੀ ਦੂਰ ਜਾਂਦਾ ਨਹੀਂ ਹੈਗਾ, ਸਾਰਾ ਟਾਈਮ ਬਰਬਾਦ ਹੋ ਜਾਏ, ਮੰਨ ਕੇ ਚੱਲ ਬਈ ਉਹ ਸਾਰਾ ਕੁੱਲ ਖਰਚਾ ਮਿਲਾ ਗਿਆ 15-14-15 ਹਜ਼ਾਰ ਰੁਪਈਏ ਮੈਂ ਦੁਬਾਰਾ ਕਿੱਲਾ ਲੱਗਣ ਲੱਗ ਰਿਹਾ ਮਾਰਾ, ਇੰਨਾ ਸਿਸਟਮ ਖਰਾਬ ਹੋ ਰਿਹਾ ਬਈ ਉਹ, ਔਰ ਕਮਾਈ ਕਮੂਈ ਤੋਂ ਕੜੇ ਦੀ ਮਾਨੋ ਬੱਚੇ ਤੋਂ ਹੈ ਹੀ ਨਹੀਂ ਮਾਰੇ ਲਵੇ।
ਲੋਕਾਂ ਦੇਣਾ ਚਾਹੀਏ ਪਰ ਮੁਸ਼ਕਲ ਲੱਗ ਗਿਆ ਡੰਗ ਸਾਹਿਬ ਮਾਨੂੰ ਤਾਂ ਮਿਲਦਾ ਦਿਖਦਾ ਨਹੀਂ ਹੈਗਾ ਜੀ ਸਾਹਿਬ ਦਾ ਕੋਈ ਉਰੇ ਗੁਰਦੋਰੀ ਵਾਲਾ ਨਹੀਂ ਆਇਆ ਜੀਰੀ ਮਾਰੀ ਸਾਰੀ ਲੱਗ ਗਈ ਸਾਰੇ ਏਰੀਆ ਮੈਂ ਤਕਰੀਬਨ ਲੱਗ ਗਈ ਮਾਰੇ ਖੇਤਾਂ ਮਿਲਾਉਣ ਲੱਗ ਰਹੇ ਲੋਕ ਲਿਆ ਕੇ ਪਿਓ ਦਾ ਪਰ ਨਾ ਉਰੇ ਕੋਈ ਗੁਰਦੋਰੀ ਵਾਲਾ ਆਇਆ ਨਾ ਕੋਈ ਕਾਨੋਗੋ ਨਾ ਪਟਵਾਰੀ ਨਾ ਤਹਿਸੀਲਦਾਰ ਕੋਈ ਨਹੀਂ ਆਇਆ ਉਰੇ ਦੇਖਣ ਵੇ ਕਿਤਨੀ ਡੁੱਬ ਗਈ ਕਿਤਨੀ ਨਹੀਂ ਨਾ ਕੋਈ ਮਾਰੇ ਹਲਕਾ ਇੰਚਾਰਜ ਹੈਗਾ ਐਮ ਐਲ ਏ ਜਿੱਤਿਆ ਆ ਆਮ ਆਦਮੀ ਗਾ ਵਰਿੰਦਰ ਕੁਮਾਰ ਗੋਇਲ ਨਾ ਕੋਈ ਉਰੇ ਉਹ ਆਇਆ ਬਈ ਤੁਹਾਨੂੰ ਮਾਮਜਾ ਦਵਾਊਂਗਾ ਨਾ ਕੋਈ ਪਟਵਾਰੀ ਨੂੰ ਲੈ ਕੇ ਆਇਆ ਹੈ ਜਦ ਜੀਰੀ ਮਾਰੀ ਐਡੀ ਡੀ ਹੋ ਗਈ ਬੜੀ ਬੜੀ ਬੂਝਾਂ ਮਾਰ ਗਈ ਫਿਰ ਕਹਿੰਦਾ ਗਿਆ ਤੂੰ ਮਰੀਏ ਗੁਣੀਦਾਰੀ ਦਿਓ ਕੜੇ ਮਰੀਏ ਦਾਰੀ ਜੀਰੀ ਤਾਂ ਸਹੀ ਖੜੀ ਹੈ ਤਕੜਾ ਤੂੰ ਤੂੰ ਆਉਂਦਾ ਹੀ ਰਹਿ ਥੋੜ੍ਹਾ ਥੋੜ੍ਹਾ ਤੂੰ ਨਿਊ ਤੋਂ ਪਰਾਂ ਜੇ ਗਾਗਰ ਗਈ ਲਵੇ ਲਵੇ ਤੂੰ ਮਰਦਾ ਹੀ ਰਹਿ ਬਾਕੀ ਐਤਕੀ ਕਿਆ ਜ਼ਿਆਦਾ ਆ ਗਿਆ ਬਾਈ ਉਹ ਹਾਂ ਮੰਨ ਗਿਆ ਸਾਲ 28-30 ਸਾਲਾਂ ਬਾਅਦ ਤਕੜਾ ਪਾਣੀ ਆਇਆ ਹੁਣ ਨਹੀਂ ਪਹਿਲਾਂ ਥੋੜ੍ਹਾ ਮੋਟਾ ਤਾਂ ਆਉਂਦਾ ਰਹਿੰਦਾ ਥੋੜ੍ਹਾ ਹੀ ਤੋਂ ਮੈਂ ਗੋਲਦੇ ਨਹੀਂ ਹੈਗੇ ਐਤਕੀ ਇਹ ਖੜਾ ਪਾਣੀ ਆਇਆ ਸਾਡਾ ਪਿੰਡ ਮੰਡਵੀ ਹੈ ਜੀ ਜ਼ਿਲ੍ਹਾ ਸੰਗਰੂਰ ਜੀ ਸਾਡੇ ਸਾਰਿਆਂ ਘਰਾਂ ਦੀ ਲਾ ਕੇ ਇੱਥੇ ਘੱਟੋ ਘੱਟ ਵੀ ਜੀ 150-200 ਕਿੱਲਾ ਡੁੱਬ ਗਈ ਹੈ ਜੀ ਅਤੇ ਖਰਚਾ ਲਾ ਲਓ ਹੁਣ ਆ ਤਾਇਆ ਜੀ ਦੀ ਮੋਟਰ 'ਤੇ ਬੈਠੇ ਹਾਂ ਅਸੀਂ ਇਹਨਾਂ ਦੇ 30 ਕਿੱਲੇ ਨੇ ਇਹਨਾਂ ਦਾ ਖਰਚਾ ਹੋ ਗਿਆ ਜੀ 3.5 ਲੱਖ ਤੋਂ ਲੈ ਕੇ 360 ਹੋ ਗਿਆ ਜੀ ਸਾਰਾ ਰੇਹਾਂ ਦਵਾਈਆਂ ਦਾ ਸਾਰੀ ਲਵਾਈ ਲੁਈ ਪਾ ਕੇ ਜੀ ਅਤੇ 10 ਏਕੜ ਆਪਣਾ ਖੇਤ ਜੀ ਉਹਨਾਂ ਦੀ ਵੀ ਲਵਾਈ ਸਾਰੀ ਦੁਬਾਰੇ ਦੇਣ ਡਏ ਹਾਂ ਜੀ ਹੁਣ ਅਤੇ ਖਰਚਾ ਪਹਿਲਾਂ ਵਿੱਚ 50,000 ਰੁਪਇਆ ਪਹਿਲਾਂ ਦਿੱਤਾ ਜੀ ਲਵਾਈ ਦਾ ਸਾਰਾ ਖਰਚਾ ਪਾ ਕੇ 50,000 ਰੁਪਇਆ ਪਹਿਲਾਂ ਖਰਚਾ ਆਇਆ ਜੀ ਅਤੇ ਹੁਣ ਵੀ ਲਾ ਲਓ ਤੁਸੀਂ 70-80 ਹਜ਼ਾਰ ਰੁਪਇਆ ਹੁਣ ਲੱਗ ਜਾਣਾ ਜੀ ਫਿਰ ਦੁਬਾਰੇ ਸਾਰੇ ਖੇਤ ਸਾਡੇ ਸਾਰੇ ਆਪਣੇ ਘਰਾਂ ਦੇ ਨੇ ਸਾਰੇ ਥੱਲੇ ਡੁੱਬੇ ਪਏ ਨੇ ਜੀ ਇਹਨਾਂ ਦੀ ਕੋਈ ਲੱਗਣ ਦੀ ਉਮੀਦ ਨਹੀਂ ਹੈਗੀ ਅਜੇ ਪੌਦਾ ਅਸੀਂ ਮੁੱਲ ਲਿਆ ਲਿਆ ਕੇ ਪਹਿਲਾਂ ਧਰ ਲਈਆਂ ਨੇ ਪਰ ਉਹ ਖਰਾਬ ਹੋਣ ਡਈਆਂ ਨੀਵੇਂ ਕਾਰਨ ਕਰਕੇ ਸਰਕਾਰ ਵੱਲੋਂ ਬਾਈ ਜੀ ਕੀ ਮੁਆਵਜ਼ੇ ਦੀ ਗੱਲ ਨਹੀਂ ਜੀ ਕੋਈ ਮੁਆਵਜ਼ੇ ਦੀ ਨਹੀਂ ਗੱਲ ਆਈ ਨਾ ਕੋਈ ਪਟਵਾਰੀ ਆਇਆ ਨਾ ਕੋਈ ਕਾਨੂੰ ਆਇਆ ਇੱਥੇ ਜੇ ਗਰਦੌਰੀ ਕਰਨ ਖਰਚਾ ਖੁਰਚਾ ਜੇ ਕਿਸੇ ਨਹੀਂ ਮਿਲਿਆ ਜੀ ਪੌਦਾ ਸਾਰੀਆਂ ਆਪੋ ਆਪਣੇ ਮੁੱਲ ਲਿਆ ਲਿਆ ਕੇ ਲਾਉਣ ਡਏ ਨੇ ਜੀ ਅਜੇ ਸਾਨੂੰ ਕਿਤੋਂ ਨਹੀਂ ਮਿਲੀ ਜੀ ਬਹੁਤ ਛੋਟੀ ਹੈ ਜੀ ਉਹਦੇ ਜੇ ਪਰ ਅਜੇ 10 ਦਿਨ ਨਹੀਂ ਹੁੰਦੀ ਜੀ 10 ਦਿਨਾਂ ਬਾਅਦ ਟਾਈਮ ਨਹੀਂ ਰਹਿਣਾ ਉਹ ਕਦੋਂ ਲੱਗੇਗੀ ਅਤੇ ਕਦੋਂ ਹੋਏਗੀ ਇਹ ਵੀ ਹੁਣ ਇੱਕ ਰਿਸਕ 'ਤੇ ਲਾਉਣ ਡਿਆ ਜੀ ਅਸੀਂ ਟਾਈਮ ਹੈ ਨਹੀਂਗਾ ਹੁਣੇ ਦਾ ਵੀ ਇਹ ਤਾਂ ਵੇਖੋ ਵੇਖੀ ਸਾਰੇ ਲੱਗੇ ਨੇ ਜੀ ਲਾਈ ਜਾਂਦੇ ਹਾਂ ਪਾਣੀ ਵੱਧ ਰਿਹਾ ਬਾਈ ਜੀ ਘੱਗਰ 'ਚ ਹਾਂ ਜੀ ਹਾਂ ਘੱਗਰ 'ਚ ਪਾਣੀ ਪਰਸੋਂ ਤੋਂ ਵਧਣ ਡਿਆ ਜੀ ਬਾਹਰ ਵੀ ਪਾਣੀ ਵੱਧ ਗਿਆ ਜੀ ਸਾਡੇ ਆ ਬਾਹਰ ਕੱਲ੍ਹ ਖੇਤ ਨੰਗੇ ਹੋਏ ਸਨ ਸਾਰੇ ਡੁੱਬ ਗਏ ਨੇ ਦੁਬਾਰੇ ਫਿਰ ਨੀਵੇਂ ਜਿਹੜੇ ਨੇ ਲੱਗਣ ਦੀ ਕੋਈ ਉਮੀਦ ਨਹੀਂ ਜੀ ਪੌਦ ਜਿਹੜੀ ਮੁੱਲ ਲਿਆਉਂਦੀ ਜੀ ਉਹਦਾ ਵੀ ਖਰਚਾ ਪੈ ਗਿਆ ਸਾਨੂੰ ਇੱਕ ਹਿਸਾਬ ਦਾ ਉਹ ਲੱਗਣ ਨਹੀਂ ਡਈ ਸਾਡੀ ਨੀਵੇਂ ਖੇਤਾਂ ਕਰਕੇ ਚਲਦੀ ਹੈ ਜੀ ਮੁੱਲ ਲਈ ਆਉਂਦੇ ਹਾਂ 10 ਪੈਂਦੀ ਹੈ ਜਿੱਥੋਂ ਉੱਥੋਂ ਫੋਨ ਕਰਕੇ ਕਈ ਜਣਾਂ ਦੇ ਨੰਬਰ ਦਿੱਤੇ ਹੁੰਦੇ ਨੇ ਫੋਨ ਕਰ ਲਈਦਾ ਜੀ ਉਹ ਕਰਕੇ ਬਸ ਹਾਂ ਜੀ ਮੁੱਲ ਹੀ ਚੱਲਦੀ ਵੀ ਸਾਰੇ ਜੀ ਮੁੱਲ ਨੂੰ ਜੀ ਤੁਹਾਨੂੰ ਦੱਸਿਆ 2200-2500 ਰੁਪਇਆ ਮਰਲਾ ਲਾ ਕੇ ਅਤੇ ਪਟਾਈ ਵਿੱਚ 200-300 ਰੁਪਇਆ 400 ਵੀ ਲੈਂਦੇ ਨੇ ਪਟਾਈ ਦਾ 3000 ਰੁਪਇਆ ਸਮਝੋ ਕਿੱਲੇ ਦਾ ਪੈਣ ਡਿਆ ਸਾਨੂੰ ਜੀ ਸਾਰਾ ਖਰਚਾ ਲਿਆ ਕੇ ਪਾਓ ਜੀ ਬਾਕੀ ਸਾਈ ਆਪਣਾ ਖਰਚਾ ਲਾਉਂਦੇ ਨਹੀਂ ਜੇ ਪਕਾਈ ਬਹੁਤ ਹੁੰਦੀ ਹੈ ਕੋਈ ਬੰਦੇ ਇੱਥੋਂ ਵੀ ਦਿਹਾੜੀ ਦੱਪਾ ਵੀ ਲਾਉਣਾ ਪੈਂਦਾ ਜੀ ਬਹੁਤ ਔਖਾ ਹੋਇਆ ਜੀ।